ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਤ੍ਰਿਆ ਦੀ ਨਵੇਕਲੀ ਮੁਹਿੰਮ। ਸਵੱਛ ਭਾਰਤ ਮੁਹਿੰਮ ਨੂੰ ਨਵੇਕਲੀ ਮੁਹਿੰਮ ਨਾਲ ਪ੍ਰਭਾਵਸ਼ਾਲੀ ਬਣਾਉਣ ਲਈ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਾਰ ਗਰਲਜ਼ ਜਲੰਧਰ ਵਿਖੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਤ੍ਰਿਆ ਸਮਾਜ ਸੇਵੀ ਸੰਸਥਾ ਨੇ ਲੋਹੇ ਦੇ ਪਿੰਕ ਡਸਟਬਿਨ ਵੰਡੇ। ਸੁਮੇਧਾ ਭੰਡਾਰੀ ਅਤੇ ਖਿਆਤੀ ਵਾਲੀਆ ਅਤੇ ਉਸ ਦੀਆਂ ਸਾਥੀ ਵਿਦਿਆਰਥਣਾਂ ਵੱਲੋਂ ਬਣਾਈ ਗਈ ਸਮਾਜ ਸੇਵੀ ਸੰਸਥਾ ਨੇ ਚੰਡੀਗੜ੍ਹ ਤੋਂ ਬਾਅਦ ਜਲੰਧਰ ਵਿੱਚ ਨਵੇਕਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦਾ ਮੰਤਵ ਹੈ ਕਿ ਵਿਦਿਆਰਥਣਾਂ ਅਤੇ ਮਹਿਲਾਵਾਂ ਨੂੰ ਜਾਗਰੂਕ ਕਰਨਾ ਹੈ ਤਾਂ ਕਿ ਸੈਨੇਟਰੀ ਪੈਡਾਂ ਨੂੰ ਲੋਹੇ ਦੇ ਪਿੰਕ ਡਸਟਬਿਨ ਵਿੱਚ ਸੁੱਟਿਆ ਜਾਵੇ ਤਾਂ ਜੋ ਉਹ ਜਲਦੀ ਨਸ਼ਟ ਹੋ ਜਾਣ ਅਤੇ ਵਾਤਾਵਰਨ ਨੂੰ ਦੂਸ਼ਿਤ ਤੋਂ ਬਚਾਇਆ ਜਾ ਸਕੇ। ਇਸ ਮੌਕੇ 'ਤੇ ਸੁਮੇਧਾ ਭੰਡਾਰੀ ਅਤੇ ਪ੍ਰਿੰਸੀਪਲ ਦੀਪਾ ਡੋਗਰਾ ਨੇ ਕਿਹਾ, ਅੱਜ ਅਸੀਂ ਕੈਂਬਰਿਜ ਸਕੂਲ ਵਿੱਚ ਪਿੰਕ ਡਸਟਬਿਨਸ ਲਾਂਚ ਕੀਤੇ ਹੈ। ਸਾਡਾ ਤ੍ਰਿਆ ਪ੍ਰੋਜੈਕਟ ਹੈ ਔਰ ਹਮ ਆਲਰੇਡੀ ਕਾਫੀ ਸਕੂਲਸ ਮੇ ਲਾਂਚ ਕਰ ਚੁੱਕੇ ਪਿੰਕ ਡਸਟਬਿਨਸ। ਪਿੰਕ ਡਸਟਬਿਨ ਬੇਸਿਕਲੀ ਹਮਨੇ ਇਸ ਲਈ ਲਾਂਚ ਕਰੇ ਤਾਂ ਕਿ ਲੋਕ ਆਪਣਾ ਮੈਂਸਟਰਲ ਵੇਸਟ ਸਾਰਾ ਇਸੀ ਮੇ ਸੈਗਰੀਗੇਟ ਕਰ ਦੇ ਔਰ ਵੋ ਬਾਕੀ ਚੀਜ਼ੋ ਕੇ ਸਾਥ ਮਿਕਸ ਨਾ ਔਰ ਵੋ ਜਲਦੀ ਸੈਗਰੀਗੇਟ ਹੋ ਜਾਏ। ਅੱਗੇ ਅਸੀਂ ਹੋਰ ਦੋ ਤਿੰਨ ਸਕੂਲਾਂ ਵਿੱਚ ਜਾਏਂਗੇ ਕੱਲ੍ਹ ਪਰਸੋਂ ਔਰ ਹਮ ਔਰ ਸੈਗਰੀਗੇ ਪਿੰਕ ਡਸਟਬਿਨ ਲਾਂਚ ਕਰੇਂਗੇ ਔਰ ਬੈਟਰ ਸੈਗਰੀਗੇਸ਼ਨ ਕਰੇਂਗੇ ਤਾਂ ਕਿ ਹਰ ਸਕੂਲ ਮੇਂ ਇੱਕ ਪਿੰਕ ਡਸਟਬਿਨ ਲੱਗ ਜਾਏ। ਕਿ ਜੋ ਇਹ ਦਿਸ਼ਾ ਹੈ ਇਹ ਬਹੁਤ ਪਹਿਲੇ ਆਉਣੀ ਚਾਹੀਏ ਥੀ। ਐਜੂਕੇਸ਼ਨਲ ਇੰਸਟੀਟਿਊਸ਼ਨਸ ਜਿਤਨੇ ਵੀ ਹੈ ਸਿਰਫ ਨੰਬਰ ਦੇਣਾ ਹੀ ਨਹੀਂ, ਇੱਕ ਜ਼ਿੰਦਗੀ ਕੇ ਲੀਏ ਬੱਚੋਂ ਕੋ ਤਿਆਰ ਕਰਨਾ ਵੀ ਹੈ। ਇੱਕ ਛੋਟਾ ਸਾ ਪ੍ਰਸ਼ਨ ਥਾ ਮੇਰੀ ਇਹ ਕਕਸ਼ਾ 6 ਕੀ ਛਾਤਰਾ ਕਾ ਕਿ ਮੈਂ ਜਬ 30 ਸਾਲ ਕੀ ਹੋਊਂਗੀ ਤੋ ਇਹ ਅਰਥ ਰਹੇਗਾ, ਇਹ ਧਰਤੀ ਰਹੇਗੀ ਕਿ ਉਸਮੇ ਪੇੜ ਵੀ ਨਹੀਂ ਹੋਗੇ ਔਰ ਮੁਝੇ ਜੀਨੇ ਕੇ ਲੀਏ ਕੁਛ ਹੋਗਾ ਕਿ ਨਹੀਂ ਹੋਗਾ। ਤਬ ਹਮਾਰੇ ਦਿਮਾਗ ਮੇਂ ਵੀਕ ਕੇਅਰ ਪ੍ਰੋਗਰਾਮ ਆਇਆ ਥਾ ਔਰ ਉਸਕੇ ਤਹਿਤ ਦੋ ਥੇ, ਇੱਕ ਲੜਕੀਓਂ ਕੇ ਲੀਏ ਕਿ ਸਟੋਪ ਦਾ ਹਾਰਮ ਔਰ ਇੱਕ ਇਹ ਥਾ ਇਨਵਾਇਰਮੈਂਟ ਕੇ ਲੀਏ ਜੋ ਮੈਤਰੀ ਔਰ ਯਾ ਮੈਤਰੀ ਕਹਿਤੇ ਹੈ ਸ਼੍ਰੀ ਐਮ ਕੇ, ਉਸਮੇ ਹਮ ਲੋਗੋਂ ਨੇ ਦੋ ਇੱਕ ਪਲੇਜਸ ਲੀ ਥੀ ਕਿ ਕਰੇਂਗੇ ਔਰ ਪਿੰਕ ਡਸਟਬਿਨ ਉਸਮੇ ਇੱਕ ਐਡੀਸ਼ਨ ਹੈ ਬਹੁਤ ਸੁੰਦਰ ਔਰ ਇਹ ਕਿਉਂਕਿ ਬੱਚੀਆਂ ਖੁਦ ਕਰ ਰਹੀ ਹੈ ਤੋ ਇਸਕਾ ਸਪੋਰਟ ਤੋ ਹਮਕੋ ਕਰਨਾ ਹੀ ਚਾਹੀਏ ਕਿਉਂਕਿ ਭਵਿਸ਼ਯ ਉਨਕੇ ਹਾਥ ਮੇਂ ਹੈ ਔਰ ਇਹ ਛੋਟੀ ਛੋਟੀ ਚੀਜ਼ੇ ਹੀ ਹੈ ਜੋ ਹਮ ਲੋਕ ਦੇਖਤੇ ਹੈ ਹਰ ਰੋਜ਼, ਵਾਟਰ ਲੋਗਿੰਗ ਸੇ ਲੇਕਰ ਔਰ ਇਸ਼ੂਜ਼ ਔਫ ਪੋਲਿਊਸ਼ਨ ਟੂ ਇਸ਼ੂਜ਼ ਔਫ ਫਲੱਡਿੰਗ, ਜਿਤਨੇ ਵੀ ਸੀਰੀਅਸ ਇਸ਼ੂਜ਼ ਹੈ ਉਹ ਛੋਟੇ ਛੋਟੇ ਸਟੈਪ ਸੇ ਹੀ ਹੋਗਾ ਤੋ ਇਹ ਤ੍ਰਿਸ਼ਾ ਫਾਊਂਡੇਸ਼ਨ ਕਾ ਬਹੁਤ ਅੱਛਾ ਸਟੈਪ ਹੈ ਐਂਡ ਪਿੰਕ ਡਸਟਬਿਨ ਇੱਕ ਵੇਵ ਬਣਨੀ ਚਾਹੀਏ ਮਿਲਕਰ ਤਾਂ ਕਿ ਜਹਾਂ ਤੱਕ ਪਹੁੰਚ ਸਕੇ, ਜਹਾਂ ਤੱਕ ਹਮ ਕਰ ਸਕੇ, ਹਮਕੋ ਇਸਕੋ ਸਕਸੈਸ ਕਰਨਾ ਚਾਹੀਏ।